ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਗੁਰਾਇਆ ਸ਼ਹਿਰ ਵਿੱਚ ਦਿਨ ਦਿਹਾੜੇ ਹੋਈ ਚੋਰੀ ਦੀ ਵਾਰਦਾਤ ਨਾਲ ਸ਼ਹਿਰ ਵਿੱਚ ਦਹਿਸ਼ਤ ਵਰਗਾ ਮਾਹੌਲ ਪੈਦਾ ਹੋ ਗਿਆ। ਚੋਰਾਂ ਨੇ ਕਾਂਗਰਸੀ ਆਗੂ ਦਾਰਾ ਸਿੰਘ ਰਾਜ ਦੇ ਦਫ਼ਤਰ ਨੂੰ ਨਿਸ਼ਾਨਾ ਬਣਾ ਕੇ ਨਕਦੀ ਅਤੇ ਬੈਂਕ ਦੀਆਂ ਚੈੱਕ ਬੁੱਕਾਂ ਚੋਰੀ ਕਰ ਲਈਆਂ। ਚੋਰੀ ਦੀ ਇਹ ਸਾਰੀ ਘਟਨਾ ਦਫ਼ਤਰ ਵਿੱਚ ਲੱਗੇ CCTV ਕੈਮਰੇ ਵਿੱਚ ਕੈਦ ਹੋ ਗਈ, ਜਿਸ ਵਿੱਚ ਮੋਟਰਸਾਈਕਲ 'ਤੇ ਸਵਾਰ ਹੋ ਕੇ ਇੱਕ ਚੋਰ ਨੇ ਚੋਰੀ ਦੀ ਸਾਰੀ ਘਟਨਾ ਨੂੰ ਅੰਜਾਮ ਦਿੱਤਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦਾਰਾ ਸਿੰਘ ਰਾਜ ਨੇ ਦੱਸਿਆ ਕਿ ਬੋਪਰਾਏ ਵਿਖੇ ਉਹਨਾਂ ਦਾ ਦਫ਼ਤਰ ਹੈ। ਚੋਰੀ ਦਾ ਉਹਨਾਂ ਨੂੰ ਉਸ ਸਮੇਂ ਪਤਾ ਲੱਗਾ ਜਦੋਂ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਸਫਾਈ ਕਰਨ ਵਾਲੀ ਲੜਕੀ ਦਫ਼ਤਰ ਦੀ ਸਫਾਈ ਕਰਨ ਲੱਗੀ ਤਾਂ ਦੇਖਿਆ ਕਿ ਦਫ਼ਤਰ ਦੇ ਦਰਵਾਜ਼ੇ ਦੇ ਲੌਕ ਟੁੱਟੇ ਹੋਏ ਹਨ। ਜਦੋਂ ਉਹਨਾਂ ਅੰਦਰ ਵੜ ਕੇ ਦੇਖਿਆ ਤਾਂ ਚੋਰ ਦਫ਼ਤਰ ਵਿੱਚ ਪਈ ਅਲਮਾਰੀ ਵਿੱਚੋਂ 15,000 ਰੁਪਏ ਦੀ ਨਕਦੀ, ਬੈਂਕ ਦੀਆਂ ਚੈੱਕ ਬੁੱਕਾਂ ਲੈ ਕੇ ਫਰਾਰ ਹੋ ਗਿਆ ਸੀ। ਇਸ ਸੰਬੰਧੀ ਉਹਨਾਂ ਪੁਲਿਸ ਨੂੰ ਸੂਚਿਤ ਕੀਤਾ ਤਾਂ ਮੌਕੇ 'ਤੇ ਪੁੱਜੇ ਥਾਣਾ ਗੁਰਾਇਆਂ ਦੇ SI ਜਗਦੀਸ਼ ਰਾਜ ਨੇ ਦਫ਼ਤਰ ਵਿੱਚ ਲੱਗੇ CCTV ਕੈਮਰੇ ਦੀ ਫੁਟੇਜ ਚੈੱਕ ਕੀਤੀ ਤਾਂ ਪਤਾ ਲੱਗਾ ਕਿ ਤਕਰੀਬਨ ਦੁਪਹਿਰ 3 ਵਜੇ ਇੱਕ ਚੋਰ ਮੋਟਰਸਾਈਕਲ 'ਤੇ ਆਉਂਦਾ ਹੈ ਅਤੇ 6 ਮਿੰਟ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦਾ ਹੈ। ਉੱਧਰ ਵਾਰਡ ਨੰਬਰ 2 ਦੇ ਕੌਂਸਲਰ ਰੌਸ਼ਨ ਲਾਲ ਬਿੱਟੂ ਨੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਚੋਰ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ। ਹਾਂਜੀ, ਸਾਡੇ ਦਫ਼ਤਰ ਕੱਲ੍ਹ ਸਵੇਰੇ ਆਪਣੇ ਕੁੜੀ ਆਈ, ਸਫਾਈ ਕਰ ਗਈ, ਸਫਾਈ ਕਰਕੇ ਉਹ ਸ਼ੀਸ਼ੇ ਦਾ ਲੌਕ ਲਾ ਕੇ ਚਲੀ ਗਈ ਅਤੇ ਕੋਈ ਸ਼ਾਇਦ ਇੱਥੇ ਕੋਈ ਜ਼ਿਆਦਾ ਕੋਈ ਆਇਆ ਨਹੀਂ ਸਾਡੇ ਦਫ਼ਤਰ ਦੇ ਵਿੱਚ ਕੱਲ੍ਹ ਕੋਈ ਬੰਦਾ ਸਾਡਾ ਆਪਣਾ। ਅਤੇ ਸ਼ਾਮ ਨੂੰ ਮੇਰਾ ਬੇਟਾ ਬਾਹਰੋਂ, ਉਹਨੇ ਲੌਕ ਚੈੱਕ ਨਹੀਂ ਕੀਤਾ ਸ਼ੀਸ਼ੇ ਦਾ ਲੌਕ, ਉਹਨੇ ਸ਼ਟਰ ਬੰਦ ਕਰਕੇ ਲੌਕ ਕਰਕੇ ਚਲੇ ਗਿਆ। ਅਤੇ ਜਦੋਂ ਅੱਜ ਸਵੇਰੇ ਸਫਾਈ ਕਰਨ ਵਾਸਤੇ ਕੁੜੀ ਆਈ ਤਾਂ ਉਹਨੇ ਦੱਸਿਆ ਵੀ ਸ਼ੀਸ਼ੇ ਦੇ ਲੌਕ ਟੁੱਟੇ ਆ। ਤਾਂ ਫਿਰ ਅਸੀਂ ਚੈੱਕ ਕੀਤਾ ਤਾਂ ਸ਼ੀਸ਼ੇ ਦੇ ਲੌਕ ਤੋੜ ਕੇ ਇੱਕ ਦਰਵਾਜ਼ੇ ਦੇ ਲੌਕ ਤੋੜੇ, ਫਿਰ ਅੰਦਰ ਜਾ ਕੇ ਦੂਜੇ ਦਰਵਾਜ਼ੇ ਲੌਕ ਤੋੜੇ। ਪਹਿਲੇ ਦਰਵਾਜ਼ੇ ਦੇ ਵਿੱਚੋਂ 15,000 ਰੁਪਈਆ ਨਕਦੀ ਅਤੇ ਦੂਜੇ ਦਰਵਾਜ਼ੇ ਵਿੱਚੋਂ ਕੁਛ ਸਾਡੀਆਂ ਫਰਮਾਂ ਆ, 3-4 ਫਰਮਾਂ ਦੇ ਚੈੱਕ ਪਏ ਸੀ, ਉਹ ਚੈੱਕ ਬਲੈਂਕ ਚੈੱਕ ਸੈਨ ਕੀਤੇ, ਜਿੱਦਾਂ ਅਸੀਂ 2 ਪਾਰਟਨਰ ਚੈੱਕ ਸੈਨ ਕੀਤੇ ਆਉਂਦੇ ਆ ਤਾਂ ਸੈਨ ਕੀਤੇ ਚੈੱਕ ਲੈ ਗਿਆ। ਇਸ ਬਾਰੇ ਥਾਣਾ ਕਿਰਾਇਆ ਨੂੰ ਸੂਚਿਤ ਕੀਤਾ ਆ ਅਤੇ ਉਹ ਆਏ ਸੀ ਮੌਕੇ 'ਤੇ ਮੌਕਾ ਦੇ ਗਏ ਆ। ਅਤੇ ਮੈਂ ਪ੍ਰਸ਼ਾਸਨ ਨੂੰ ਇਹ ਅਪੀਲ ਕਰਦਾ ਕਿ ਦਿਨ ਦਿਹਾੜੇ ਹੋ ਰਹੀਆਂ ਇਹ ਚੋਰੀਆਂ ਨੂੰ ਅਤੇ ਨੱਥ ਪਾਈ ਜਾਵੇ, ਇੱਦਾਂ ਦੇ ਦੋਸ਼ੀਆਂ ਨੂੰ ਫੜਿਆ ਜਾਵੇ, ਕਿਉਂਕਿ ਇਹ ਬਹੁਤ ਖਤਰਨਾਕ ਆ ਦਿਨ ਦਿਹਾੜੇ ਚੋਰੀਆਂ ਕਰਨੀਆਂ। ਕੈਮਰੇ ਦੇ ਵਿੱਚ ਆਇਆ ਇੱਕ ਮੁੰਡਾ, ਕੋਈ ਤਕਰੀਬਨ 30-35 ਸਾਲ ਦੀ ਏਜ ਹੋਵੇਗੀ, ਉਹਦਾ ਮੂੰਹ ਬੰਨਿਆ, ਸਿਰ 'ਤੇ ਟੋਪੀ ਲਈ ਆ, ਮੋਟਰਸਾਈਕਲ ਆ ਉਹਦੇ ਕੋਲ, ਕਲਾਸਿਕ ਨਵਾਂ ਮਾਡਲ ਰਿਕਾਰਡ ਨੰਬਰ ਆ ਵਾਈਟ ਕਲਰ ਦਾ, ਅਤੇ ਉਹਦੀ ਫੁਟੇਜ ਅਤੇ ਫੋਟੋਆਂ ਵੀ ਪੁਲਿਸ ਪ੍ਰਸ਼ਾਸਨ ਨੂੰ ਦੇ ਦਿੱਤੀਆਂ ਗਈਆਂ ਨੇ ਅਤੇ ਉਹ ਇਨਕੁਆਇਰੀ ਕਰ ਰਹੇ ਆ। ਵਾਰਡ ਨੰਬਰ 2 ਦੇ ਵਿੱਚ ਇੱਕ ਰਾਜ ਫਾਇਨੈਂਸ ਆ ਸਾਡੇ ਪਿੰਡ ਬੋਪਰ ਆਏ ਯੂਨੀਅਨ ਬੈਂਕ ਦੇ ਨਾਲ, ਜਿੱਥੇ ਕਿ ਦਿਨ ਦਿਹਾੜੇ ਚੋਰਾਂ ਨੇ ਇਸ ਰਾਜ ਫਾਇਨੈਂਸ ਨੂੰ ਨਿਸ਼ਾਨੇ ਬਣਾਇਆ ਅਤੇ ਇੱਥੋਂ ਲੱਖਾਂ ਦੇ ਚੈੱਕ ਅਤੇ ਨਕਦੀ ਲੈ ਕੇ ਫਰਾਰ ਹੋ ਗਏ। ਅਤੇ ਇਸ ਅਣਸੁਖਾਵੀ ਘਟਨਾ ਨੇ ਸਾਡੇ ਇੱਥੇ ਸ਼ਹਿਰ ਦੇ ਵਿੱਚ ਅਤੇ ਸਾਡੇ ਮੁਹੱਲਾ ਵਾਸੀਆਂ ਦੇ ਵਿੱਚ ਇੰਨੀ ਕੁ ਦਹਿਸ਼ਤ ਪੈਦਾ ਕਰ ਦਿੱਤੀ ਆ, ਕਿਉਂਕਿ ਵੀ ਜੋ ਦਿਨ ਦਿਹਾੜੇ ਇੱਦਾਂ ਦੀ ਵਾਰਦਾਤ ਹੋਈ ਆ ਉਹਦੇ ਨਾਲ ਲੋਕ ਬਹੁਤ ਸਹਿਮੇ ਹੋਏ ਆ। ਅਸੀਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਹਾਂ ਕਿਉਂ ਇੱਦਾਂ ਦੀ ਜੋ ਵੀ ਗਲਤ ਆਨਸਰ ਜੋ ਇੱਦਾਂ ਦੇ ਕੰਮ ਗਲਤ ਕਰਦੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਨੱਥ ਪਾ ਕੇ ਸਲਾਕਾਂ ਵਿਸ਼ੇ ਛੱਡਿਆ ਜਾਵੇ, ਜਾ ਕੇ ਉਹਨਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਕਿਉਂਕਿ ਲੋਕਾਂ ਨੂੰ ਸਾਡੇ ਜਿੰਨੇ ਵੀ ਹੈਗੇ ਆ ਇੱਥੇ ਉਹਨਾਂ ਨੂੰ ਅਹਿਸਾਸ ਹੋਵੇ ਕਿ ਵੀ ਚੋਰਾਂ 'ਤੇ ਨੱਥ ਪਾਈ ਜਾ ਰਹੀ ਆ। ਅਤੇ ਅੱਗੇ ਵਾਸਤੇ ਮੈਂ ਤਾਂ ਇਹ ਪ੍ਰਸ਼ਾਸਨ ਨੂੰ ਅਪੀਲ ਕਰਦਾ ਹਾਂ
ਵੀ ਜਿੱਥੇ ਤੱਕ ਹੋ ਸਕਦਾ ਆ ਇਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਆ, ਕਿਉਂਕਿ ਮੁੜ ਕੇ ਇੱਦਾਂ ਦੀ ਜਿਹੜੀ ਸਾਡੇ ਏਰੀਏ ਦੇ ਵਿੱਚ ਕਿਤੇ ਵੀ ਕੋਈ ਇੱਦਾਂ ਦੀ ਘਟਨਾ ਨਾ ਵਾਪਰੇ, ਕਿਉਂਕਿ ਇਹ ਸਾਡੇ ਸਭ ਤੋਂ ਵੱਡੀ ਗੱਲ ਇਹ ਆ ਸਾਡੇ ਖੁਦ ਕਾਂਗਰਸੀ ਆਗੂ ਦਾਰਾ ਸਿੰਘ ਰਾਏ ਆ, ਕਿਉਂਕਿ ਉਹਨਾਂ ਨੂੰ ਚੋਰਾਂ ਦਾ ਇੰਨਾ ਵੀ ਖੌਫ ਨਹੀਂ ਵੀ ਕੀ ਇਹ ਇੱਥੇ ਕਿਸੇ ਕੋਈ ਸੀਨੀਅਰ ਅਫਸਰ ਦਾ ਕਿਤੇ ਜਾਂ ਕੋਈ ਸੀਨੀਅਰ ਬੰਦਾ ਜਾਂ ਕੋਈ ਸੀਨੀਅਰ ਲੀਡਰ ਆ ਜਿਹਦੇ ਵੀ ਅਸੀਂ ਚੋਰੀ ਕਰਨ ਜਾਂਦੇ ਹਾਂ, ਉਹਨੂੰ ਮਾੜਾ ਮੋਟਾ ਖੌਫ ਹੋਣਾ ਚਾਹੀਦਾ ਵੀ ਅਸੀਂ ਕਿੱਥੇ ਚੋਰੀ ਕਰਨ ਜਾਂਦੇ ਹਾਂ। ਉਹਨਾਂ ਨੂੰ ਕੋਈ ਇੱਥੇ ਖੌਫ ਨਹੀਂ, ਕੋਈ ਉਹਨਾਂ ਨੂੰ ਪ੍ਰਸ਼ਾਸਨ ਦਾ ਖੌਫ ਨਹੀਂ, ਨਾਲ ਕਿਸੇ ਬੰਦੇ ਦਾ ਖੌਫ ਨਹੀਂ। ਇਸ ਕਰਕੇ ਇਹਨਾਂ ਦੇ ਬਹੁਤ ਹੀ ਸਖ਼ਤ ਤਰੀਕੇ ਨਾਲ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਜਿਹੜਾ ਕਿ ਇਹਨਾਂ ਨੂੰ ਪਤਾ ਲੱਗੇ ਵੀ ਗਾਂਹ ਵਾਸਤੇ ਕੋਈ ਵੀ ਇੱਦਾਂ ਦੀ ਵਾਰਦਾਤ ਨਹੀਂ ਕਰਨੀ।